ਸ਼ਕਾਲ ਜੀ ਫਰਾਈਡੇ ਅੱਜ ਤੇ ਮੂਵੀ ਦੇਖਣੀ ਦਾ ਬੰਦ ਹੈ ਤੇ ਮੂਵੀ ਦੇਖਣੀ ਹੈ ਸੀ ਜੀ ਜ਼ੀਰੋ ਜਿਹੜੀ ਕਿ ਸ਼ਾਹਰੁਖ ਖਾਨ ਦੀ ਮੂਵੀ ਰਿਲੀਜ਼ ਹੋਈ ਹੈ ਵੈਸੇ ਤਾਂ ਕਾਫੀ ਟਾਈਮ ਤੋਂ ਜਿਹੜਾ ਹੈ ਸੁਪਰਸਟਾਰ ਸ਼ਾਹਰੁਖ ਖਾਨ ਇਹਨਾਂ ਦੀ ਮੂਵੀ ਕੋਈ ਜ਼ਿਆਦਾ ਹਿੱਟ ਨਹੀਂ ਦੇ ਪਾ ਰਹੀ ਬਾਕਸ ਆਫਿਸ ਤੇ ਪਰ ਇਸ ਮੂਵੀ ਤੋਂ ਕਾਫੀ ਜ਼ਿਆਦਾ ਐਕਸਪੈਕਟੇਸ਼ਨਸ ਕੀਤੀਆਂ ਜਾ ਰਹੇ ਨੇ ਕਿਉਂਕਿ ਬਿਲਕੁਲ ਹੀ ਇੱਕ ਅਲੱਗ ਕਿਰਦਾਰ ਦੇ ਵਿੱਚ ਨਜ਼ਰ ਆਏ ਨੇ ਇੱਕ ਡਿਫਰੈਂਟ ਜੀ ਸਟੋਰੀ ਹੈ ਉਹਨਾਂ ਦੀ ਇਸ ਮੂਵੀ ਦੇ ਵਿੱਚ ਉਹਨਾਂ ਦੇ ਨਾਲ ਨਾਲ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਜਿਹੜੇ ਨੇ ਉਹਨਾਂ ਨੂੰ ਇਹਦੇ ਵਿੱਚ ਨਾਲ ਉਹਨਾਂ ਦੇ ਕੋ ਰੋਲ ਜਿਹੜਾ ਕਰ ਰਹੇ ਨੇ ਸੋ ਦੇਖਦੇ ਹਾਂ ਕਿ ਮੂਵੀ ਕਿੰਨੀ ਕੁ ਜ਼ਿਆਦਾ ਪਸੰਦ ਆ ਰਹੀ ਹੈ ਲੋਕਾਂ ਨੂੰ ਤੇ ਇਹ ਸਾਨੂੰ ਉਹੀ ਦੱਸਣਗੇ ਜਿਹੜੇ ਫਸਟ ਡੇ ਫਸਟ ਵਾਰਾ ਦੇਖ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਦੀ ਲੱਗ ਰਹੀ ਹੈ ਉਹਨਾਂ ਨੂੰ ਮੂਵੀ ਕਿਵੇਂ ਦੀ ਲੱਗੀ ਮੂਵੀ ਇਟਸ ਵੰਡਰਫੁਲ ਵੈਰੀ ਨਾਈਸ ਸ਼ਾਹਰੁਖ ਇਜ਼ ਬੈਸਟ ਇਜ਼ ਬੈਸਟ ਐਕਟਿੰਗ ਥੈਂਕ ਯੂ ਠੀਕ ਹੈ ਮੈਡਮ ਵਨ ਟਾਈਮ ਦੇਖਣ ਕੇ ਲਈ ਠੀਕ ਹੈ ਬਹੁਤ ਵਧੀਆ ਲੱਗੀ ਇੱਕ ਡਾਇਲੋਗ ਬਹੁਤ ਵਧੀਆ ਲੱਗਾ ਸੱਚਾ ਜੋਤਾਂ ਵਾਲੀ ਤੇਰੀ ਸਦਾ ਹੀ ਜੈ ਆਈ ਲਵ ਯੂ ਸ਼ਾਹਰੁਖ ਖਾਨ ਇੱਕ ਵਾਰ ਦੇਖ ਸਕਦੇ ਹੋ ਬਹੁਤ ਵਧੀਆ ਹੈਲੋ ਬਹੁਤ ਵਧੀਆ ਜੀ ਔਸਮ ਨਾਈਸ ਨਾਈਸ ਅੱਛੀ ਬਾਤ ਠੀਕ ਸੀ ਸ਼ਾਹਰੁਖ ਖਾਨ ਸ਼ਾਹਰੁਖ ਖਾਨ ਬੈਸਟ ਐਵਰ ਬਹੁਤ ਵਧੀਆ ਜੀ ਕੁਝ ਡਿਫਰੈਂਟ ਕਨਸੈਪਟ ਹੈ ਸੀਗਾ ਸੋ ਵਧੀਆ ਲੱਗੀ ਹਾਂ ਹਾਂ ਬਹੁਤ ਵਧੀਆ ਬਹੁਤ ਵਧੀਆ ਸਟੋਰੀ ਸੀ ਸਰ ਠੀਕ ਸੀ ਮੈਡਮ ਅੱਛੀ ਸੀ ਬਹੁਤ ਅੱਛੀ ਬਹੁਤ ਅੱਛੀ ਠੀਕ ਬਹੁਤ ਫੱਟਿਆਂ ਵਾਲੀ ਦੇਖਣੇ ਵਾਲੇ ਕੋ ਪਤਾ ਚੱਲ ਜਾਏਗਾ ਕਿ ਇਨਸਾਨ ਕੋ ਹਰ ਸਥਿਤੀ ਮੈਂ ਆਪਣਾ ਸੋਲ ਬਹੁਤ ਸਹੀ ਰੱਖਣਾ ਚਾਹੀਏ ਸ਼ਾਹਰੁਖ ਨੇ ਬਹੁਤ ਅੱਛਾ ਮੈਸੇਜ ਦਿਆ ਬਾਲੀਵੁੱਡ ਇੰਡਸਟਰੀ ਦੇ ਬਾਦਸ਼ਾਹ ਕਹੇ ਜਾਣ ਵਾਲੇ ਸ਼ਾਹਰੁਖ ਖਾਨ ਦੀ ਮੂਵੀ ਜ਼ੀਰੋ ਨੂੰ ਦੇਖਣ ਹਾਲਾਂਕਿ ਬਹੁਤ ਘੱਟ ਲੋਕ ਆਏ ਨੇ ਜਿਵੇਂ ਕਿ ਤੁਸੀਂ ਉਹਨਾਂ ਦੇ ਰਿਵਿਊਜ਼ ਵੀ ਦੇਖੇ ਨੇ ਕਿ ਜਿਹੜੇ ਤੇ ਸ਼ਾਹਰੁਖ ਖਾਨ ਦੇ ਫੈਨ ਨੇ ਉਹਨਾਂ ਨੂੰ ਮੂਵੀ ਬਹੁਤ ਜ਼ਿਆਦਾ ਪਸੰਦ ਆਈ ਹੈ ਪਰ ਜੇਕਰ ਓਵਰਆਲ ਰਿਵਿਊਜ਼ ਦੇਖੇ ਜਾਣ ਤਾਂ ਕੁਝ ਨੂੰ ਮੂਵੀ ਬਹੁਤ ਜ਼ਿਆਦਾ ਬੋਰਿੰਗ ਵੀ ਲੱਗੀ ਹੈ ਸੋ ਜੇਕਰ ਤੁਸੀਂ ਮੂਵੀ ਦੇਖ ਕੇ ਆਏ ਤਾਂ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਮੂਵੀ ਕਿੱਦਾਂ ਦੀ ਲੱਗੀ ਹੈ ਕੈਮਰਾਮੈਨ ਰਵੀ ਸ਼ੰਕਰ ਦੇ ਨਾਲ ਜਸਦੀਪ ਕੌਰ ਗਿੱਲ ਟੀਵੀ ਪੰਜਾਬ ਜਲੰਧਰ